ਮਨੁੱਖ ਜਿਹੜਾ ਮਾਇਆ ਦੇ ਵਿੱਚ ਇੰਨਾ ਫਸ ਗਿਆ ਕਿ ਉਸਦੇ ਵਸ ਵਿੱਚੋਂ ਨਿਕਲਣਾ ਉਸਦੇ ਵਾਸਤੇ ਬੜਾ ਹੀ ਔਖਾ ਹੈ। ਸਭ ਕਹਿੰਦੇ ਹਰ ਫਿਸਰਤ ਸਦਾ ਕੁਵਾਰੀ, ਤਾਂ ਤੋਂ ਧੋਖਾ ਕਹਾ ਤਿਆਗਿਆ ਜਗ ਤੋਂ ਉੱਠਦਾ ਹਾਰ। ਕਿ ਮਨੁੱਖ ਮਾਇਆ ਦੇ ਲਾਲਚ ਦੇ ਵਿੱਚ ਇੰਨਾ ਫਸ ਗਿਆ ਕਿ ਉਹ ਕਾਲ ਪੁਰਖ ਪਰਮਾਤਮਾ ਖਸਮ ਦੇ ਨਾਮ ਨੂੰ ਭੁੱਲ ਗਿਆ। ਪਰ ਸਾਹਿਬ ਕਹਿੰਦੇ ਜਿਨ੍ਹਾਂ ਨੂੰ ਉਸ ਕਾਲ ਪੁਰਖ ਪਰਮਾਤਮਾ ਦਾ ਓਟ ਆਸਰਾ ਹੁੰਦਾ ਹੈ ਤੇ ਉਹ ਕਾਲ ਪੁਰਖ ਪਰਮਾਤਮਾ ਐਸੀ ਕਿਰਪਾ ਕਰ ਦਿੰਦਾ, ਉਹਨਾਂ ਦੀ ਜਿਹੜੀ ਪ੍ਰਸ਼ੰਸਾ ਖੰਡਾਂ ਤੇ ਪਰਵੰਡਾਂ ਦੇ ਵਿੱਚ ਫੈਲਾ ਦਿੰਦਾ। ਪਰ ਸਾਹਿਬ ਕਹਿੰਦੇ ਕਿ ਅੱਜ ਦਾ ਮਨੁੱਖ ਜਿਹੜਾ ਇੰਨਾ ਲਾਲਚੀ ਹੋ ਗਿਆ, ਇੰਨਾ ਲਾਲਚ ਵੱਸ ਹੋ ਗਿਆ ਕਿ ਲਾਲਚ ਵੱਸ ਦੇ ਵਿੱਚ ਹੋ ਕੇ ਉਹ ਕਈ ਗਲਤ ਕੰਮ ਕਰ ਲੱਗ ਪੈਂਦਾ ਜਿਸ ਦੇ ਬਾਰੇ ਉਸਨੂੰ ਖੁਦ ਵੀ ਨਹੀਂ ਪਤਾ ਹੁੰਦਾ ਕਿ ਮੈਂ ਕੀ ਕੰਮ ਕਰ ਰਿਹਾ, ਕਿ ਇੰਨਾ ਲਾਲਚ ਵੱਸ ਹੋ ਜਾਂਦਾ। ਇੱਥੇ ਮੈਨੂੰ ਗੱਲ ਯਾਦ ਆ ਰਹੀ ਹੈ, ਇੱਕ ਪੁਰਸ਼ ਜਿਹੜਾ ਮਹਾਤਮਾ ਦੀ ਸੇਵਾ ਕਰਿਆ ਕਰਦਾ ਸੀ ਤੇ ਉਹ ਮਹਾਤਮਾ ਜਿਹੜਾ ਉਸ ਪੁਰਸ਼ ਦੀ ਸੇਵਾ ਦੇਖ ਕੇ ਜਿਹੜਾ ਬਹੁਤ ਪ੍ਰਸੰਨ ਹੁੰਦਾ। ਜਦੋਂ ਉਸਦੀ ਸੇਵਾ ਦੇਖ ਕੇ ਬਹੁਤ ਪ੍ਰਸੰਨ ਹੁੰਦਾ ਤੇ ਉਹ ਜਿਹੜਾ ਮਨੁੱਖ ਜਿਹੜਾ ਹੈ ਉਹ ਮਹਾਂਪੁਰਸ਼ ਜਿਹੜਾ ਉਸ ਮਨੁੱਖ ਨੂੰ ਜਿਹੜਾ ਚਾਰ ਪਤਨੀਆਂ ਦਿੰਦਾ, ਚਾਰ ਪਤਨੀਆਂ ਦੇ ਕੇ ਉਸਨੂੰ ਇਹ ਕਹਿੰਦਾ ਕਿ ਜੇ ਤੈਨੂੰ ਧਾਰਨ ਦੀ ਜ਼ਰੂਰਤ ਹੋਈ ਤਾਂ ਇੱਕ ਬੱਤੀ ਜਗਾ ਕੇ ਤੂੰ ਪੂਰਬ ਵੱਲ ਚਲਾ ਜਾਏ। ਜਦੋਂ ਤੂੰ ਪੂਰਬ ਵੱਲ ਜਾਵੇਗਾ ਇਹ ਬੱਤੀ ਜਿੱਧਰ ਜਾ ਕੇ ਜਿੱਥੇ ਜਾ ਕੇ ਖੁੱਜ ਜਾਵੇਗੀ ਉਸ ਥਾਂ ਨੂੰ ਜਿਹੜਾ ਖੋਦਣਾ ਸ਼ੁਰੂ ਕਰ ਦੇ। ਜਦੋਂ ਥਾਂ ਨੂੰ ਖੋਦੇਗਾ ਤੇ ਉਸਦੇ ਵਿੱਚੋਂ ਬਹੁਤ ਧਨ ਹੋਵੇ ਪ੍ਰਾਪਤ ਹੋਵੇਗਾ ਤੈਨੂੰ, ਜਿਸ ਦੇ ਨਾਲ ਤੇਰੀਆਂ ਲੋੜਾਂ ਜਿਹੜੀਆਂ ਪੂਰੀਆਂ ਹੋ ਜਾਣਗੀਆਂ ਤੇ ਬਾਕੀ ਵੀ ਉਹ ਤਿੰਨ ਬੱਤੀਆਂ ਲੈ ਕੇ ਘਰ ਆ ਜਾਂਦਾ। ਉਹ ਮਨੁੱਖ ਜਿਹੜਾ ਬਹੁਤ ਲਾਲਚੀ ਸੀ ਉਸਨੇ ਇਸੇ ਤਰ੍ਹਾਂ ਕੀਤਾ। ਜਦੋਂ ਘਰ ਆਇਆ ਪਹਿਲਾ ਦਿਨ ਹੋਇਆ ਉਸਨੇ ਪਹਿਲੀ ਬੱਤੀ ਜਗਾਈ, ਪਹਿਲੀ ਬੱਤੀ ਜਗਾ ਕੇ ਉਹ ਪੂਰਬ ਦਿਸ਼ਾ ਵੱਲ ਚਲਾ ਗਿਆ ਤੇ ਰਸਤੇ ਦੇ ਵਿੱਚ ਜਿਹੜੀ ਬੱਤੀ ਬੁੱਝ ਜਾਂਦੀ ਹੈ। ਜਦੋਂ ਬੱਤੀ ਬੁੱਝ ਜਾਂਦੀ ਹੈ ਤੇ ਉਸਨੇ ਉਹ ਥਾਂ ਨੂੰ ਖੋਦਿਆ, ਜਦੋਂ ਥਾਂ ਨੂੰ ਖੋਦਿਆ ਤੇ ਉਸਦੇ ਵਿੱਚੋਂ ਬਹੁਤ ਧਨ ਉਸਨੂੰ ਪ੍ਰਾਪਤ ਹੋਇਆ। ਜਦੋਂ ਧਨ ਪ੍ਰਾਪਤ ਹੋਇਆ ਤੇ ਉਸਨੇ ਧਨ ਦੇਖਿਆ ਤੇ ਉਸਨੂੰ ਬਹੁਤ ਲਾਲਚ ਆ ਗਿਆ ਤਾਂ ਉਸਨੇ ਉਸ ਧਨ ਨੂੰ ਬਾਹਰ ਨਾ ਕੱਢਿਆ ਤੇ ਸਗੋਂ ਉੱਥੇ ਵੀ ਬਰਬਾਦ ਕਰ ਕੇ ਇੱਕ ਨਿਸ਼ਾਨੇ ਰੱਖ ਦਿੱਤੇ ਕਿ ਮੈਂ ਕਿਤੇ ਭੁੱਲ ਨਾ ਜਾਵਾਂ। ਫਿਰ ਦੂਸਰਾ ਦਿਨ ਆਉਂਦਾ, ਜਦੋਂ ਦੂਸਰਾ ਦਿਨ ਆਉਂਦਾ ਤੇ ਉਹ ਉੱਤਰ ਦਿਸ਼ਾ ਵੱਲ ਜਾਂਦਾ, ਦੂਸਰੀ ਮੋਮਬੱਤੀ ਜਗਾ ਕੇ ਜਦੋਂ ਉੱਤਰ ਦਿਸ਼ਾ ਵੱਲ ਗਿਆ ਤੇ ਰਸਤੇ ਦੇ ਵਿੱਚ ਜਿਹੜੀ ਬੱਤੀ ਜਿਹੜੀ ਬੁੱਝ ਜਾਂਦੀ ਹੈ। ਜਦੋਂ ਬੱਤੀ ਬੁੱਝ ਜਾਂਦੀ ਹੈ ਤੇ ਜਦੋਂ ਬੱਤੀ ਬੁੱਝ ਗਈ ਤੇ ਜਿੱਥੇ ਬੱਤੀ ਬੁੱਝ ਗਈ ਉਹ ਥਾਂ ਨੂੰ ਖੋਜਿਆ, ਜਦੋਂ ਥਾਂ ਨੂੰ ਖੋਜਿਆ ਤੇ ਉਸਦੇ ਵਿੱਚੋਂ ਸੋਨੇ ਦੇ ਸਿੱਕੇ ਨਿਕਲੇ। ਜਦੋਂ ਸੋਨੇ ਦੇ ਸਿੱਕੇ ਨਿਕਲੇ ਤਾਂ ਪਹਿਲਾ ਵਾਕ ਜਿਹੜਾ ਉਸਨੇ ਉਸ ਧਨ ਨੂੰ ਨਾ ਪ੍ਰਾਪਤ ਕੀਤਾ ਤੇ ਸਗੋਂ ਉੱਥੇ ਦਬਾ ਦਿੱਤਾ ਤੇ ਇੱਕ ਨਿਸ਼ਾਨੇ ਰੱਖ ਦਿੱਤੀ ਮੈਂ ਕਿਤੇ ਭੁੱਲ ਨਾ ਜਾਵਾਂ। ਤੀਸਰਾ ਦਿਨ ਹੋਇਆ, ਉਹ ਤੀਸਰਾ ਦਿਨ ਫਿਰ ਪੱਛਮ ਵੱਲ ਜਾਂਦਾ,
ਜਦੋਂ ਪੱਛਮ ਵੱਲ ਜਾਂਦਾ ਤੇ ਉੱਥੇ ਵੀ ਉਸਨੂੰ ਬਹੁਤ ਧਨ ਪ੍ਰਾਪਤ ਹੁੰਦਾ ਹੈ। ਜਦੋਂ ਬਹੁਤ ਧਨ ਪ੍ਰਾਪਤ ਹੁੰਦਾ ਤੇ ਉਹ ਜਿਹੜਾ ਕਿਸਾਨ ਜਿਹੜਾ ਬਹੁਤ ਲਾਲਚੀ ਹੋ ਲਾਲਚ ਆ ਜਾਂਦਾ ਹੈ। ਫਿਰ ਉਹ ਸੋਚਣ ਲੱਗਦਾ ਕਿ ਮੈਨੂੰ ਮਹਾਤਮਾ ਨੇ ਕਿਹਾ ਸੀ ਕਿ ਚੌਥੀ ਬੱਗੀ ਜਗਾ ਕੇ ਦੱਖਣ ਵੱਲ ਨਾ ਜਾਵੇ, ਹੋ ਸਕਦਾ ਉੱਥੇ ਜਿਹੜਾ ਧਨ ਜਿਹੜਾ ਬਹੁਤ ਜ਼ਿਆਦਾ ਹੋਵੇ, ਹੀਰੇ ਜਵਾਹਰ ਮੋਤੀ ਹੋਣ, ਮੈਂ ਚੌਥੀ ਮੁੰਬਤੀ ਜਗਾ ਕੇ ਉੱਧਰ ਵੀ ਚਲਾ ਜਾਂਦਾ ਤੇ ਉੱਥੋਂ ਮੈਂ ਜਿਹੜਾ ਇੱਕ ਝੋਲਾ ਭਰ ਕੇ ਲੈ ਆਵਾਂਗਾ, ਜਿਸ ਕਰਕੇ ਮਹਾਤਮਾ ਨੂੰ ਪਤਾ ਵੀ ਨਹੀਂ ਲੱਗੇਗਾ। ਤਾਂ ਲਾਲਚ ਵੱਸ ਹੋ ਕੇ ਜਿਹੜਾ ਚੌਥੀ ਮੁੰਬਤੀ ਜਗਾ ਕੇ ਜਿਹੜਾ ਦੱਖਣ ਵੱਲ ਚਲਾ ਜਾਂਦਾ, ਜਦੋਂ ਦੱਖਣ ਵੱਲ ਚਲਾ ਜਾਂਦਾ ਤੇ ਮੋਮਬੱਤੀ ਰਸਤੇ ਦੇ ਵਿੱਚ ਪੁੱਜ ਜਾਂਦੀ ਹੈ। ਜਦੋਂ ਉਸਨੇ ਥਾਂ ਨੂੰ ਖੋਜਿਆ ਤੇ ਉਸਦੇ ਥਾਂ ਤੋਂ ਥੱਲੋਂ ਜਿਹੜਾ ਇੱਕ ਮਹਿਲ ਨਿਕਲਿਆ, ਤਾਂ ਬਾਰੀ ਕੋਲ ਬਾਰੀ ਨੂੰ ਜਿੰਦਰਾ ਲੱਗਾ ਹੋਇਆ ਸੀ। ਉਸਨੇ ਬਾਰੀ ਦਾ ਜਿੰਦਰਾ ਤੋੜਿਆ ਤੇ ਉਹ ਆਪ ਅੰਦਰ ਵੜ ਗਿਆ। ਤੇ ਉਸ ਤੋਂ ਪਹਿਲਾਂ ਜਿਹੜਾ ਇੱਕ ਹੋਰ ਜਿਹੜਾ ਸਭ ਤੋਂ ਜ਼ਿਆਦਾ ਲਾਲਚੀ ਸੀ ਉਹ ਅੰਦਰ ਇੱਕ ਬੈਠਾ ਗਿਆ ਸੀ। ਜਦੋਂ ਉਸਨੇ ਦੇਖਿਆ ਕਿ ਮੇਰੇ ਤੋਂ ਵੀ ਜ਼ਿਆਦਾ ਲਾਲਚੀ ਆ ਗਿਆ, ਉਸਨੇ ਉਸਨੂੰ ਅੰਦਰ ਚਾੜ ਦਿੱਤਾ ਤੇ ਆਪ ਭੱਜ ਕੇ ਬਾਹਰ ਆ ਗਿਆ। ਤੇ ਫਿਰ ਉਸਨੇ ਕੁੰਡੀ ਲਾ ਦਿੱਤੀ ਤੇ ਜਿਹੜਾ ਲਾਲਚੀ ਅੰਦਰ ਗਿਆ ਸੀ ਉਸਨੇ ਪੁੱਛਿਆ ਕਿ ਮੈਨੂੰ ਬਾਹਰ ਕੌਣ ਕੱਢੇਗਾ। ਉਹ ਕਹਿਣ ਲੱਗਾ, ਕਹਿੰਦਾ ਮੈਂ ਬਹੁਤ ਲਾਲਚੀ ਹਾਂ, ਤਾਂ ਮੈਂ ਇਸ ਮਹਿਲ ਦੇ ਵਿੱਚ ਫਸ ਗਿਆ ਸਾਂ ਤੇ ਮੇਰੇ ਤੋਂ ਵੀ ਜ਼ਿਆਦਾ ਲਾਲਚੀ ਤੂੰ ਹੈ, ਹੁਣ ਤੂੰ ਫਸ ਗਿਆ ਇੱਥੇ। ਜਿਹੜਾ ਹੁਣ ਤੇਰੇ ਤੋਂ ਵੀ ਜ਼ਿਆਦਾ ਲਾਲਚੀ ਹੋਵੇਗਾ ਉਹ ਤੈਨੂੰ ਆ ਕੇ ਬਾਹਰ ਕੱਢੇਗਾ। ਇਸੇ ਤਰ੍ਹਾਂ ਜੇ ਮਨੁੱਖ ਨੂੰ ਸਾਰੀ ਧਰਤੀ ਦਾ ਰਾਜ ਵੀ ਮਿਲ ਜਾਵੇ, ਮਨੁੱਖ ਦੀ ਕਦੇ ਭੁੱਖ ਨਹੀਂ ਲੱਗ ਸਕਦੀ। ਸਾਹਿਬ ਜੀ ਬਖਸ਼ ਕਰਦੇ ਨੇ, ਭੁੱਖਿਆ ਭੁੱਖ ਨਾ ਉਤਰੀ ਜੇ ਮੰਨਾ ਪੁਰੀਆਂ ਪਾਵ। ਭਾਵੇਂ ਮਨੁੱਖ ਨੂੰ ਸਾਰੀ ਧਰਤੀ ਦਾ ਰਾਜ ਮਿਲ ਜਾਵੇ, ਭਾਵੇਂ ਉਹ ਲੱਖਾਂ ਇਸਤਰੀਆਂ ਦੇ ਨਾਲ ਭੋਗ ਕਰਦੇ ਕੰਮ ਕਰ ਲਵੇ, ਤੇ ਸਾਹਿਬ ਕਹਿੰਦੇ ਉਸਦੀ ਫਿਰ ਵੀ ਭੁੱਖ ਨਹੀਂ ਲੱਗ ਸਕਦੀ। ਲੱਖ ਇਸਤਰੀ ਭੋਗ ਕਰੇ ਨਾਮ ਖੰਡਨ ਕੋ ਰਾਜ ਕੁਮਾਵੇ, ਬਿਨ ਸਤਿਗੁਰ ਸੁੱਖ ਨਾ ਪਾਵੇ ਫਿਰ ਜੋ ਨਹੀਂ ਆਵੇ।